इस साल वाले गुरबाणी का रस बिना कीर्तन करके संगतां नूं निहाल करेंगे एक बजे तक। वाहिगुरु जी का खालसा, वाहिगुरु जी की फतह। ਬੜੀ ਭਾਵਨਾ ਦੇ ਨਾਲ ਸਤਿਗੁਰੂ ਜੀ ਦੀ ਗੱਲ, ਸਤਿਗੁਰੂ ਜੀ ਦੀ ਬਾਤ ਆਪ ਜੀ ਤੱਕ ਪਹੁੰਚਾ ਰਹੇ ਸਨ ਤੇ ਗੱਲ ਕਰ ਰਹੇ ਸਨ ਭਾਵਨਾ ਦੀ। ਜਿੰਨੀ ਦੇਰ ਭਾਵਨਾ ਪਿਆਰ ਗੁਰੂ ਦੇ ਪ੍ਰਤੀ ਪੈਦਾ ਨਹੀਂ ਹੁੰਦਾ, ਉਨੀ ਦੇਰ ਸਾਡੀ ਸ਼ਰਧਾ, ਸਾਡਾ ਪਿਆਰ ਗੁਰੂ ਦੇ ਨਾਲ ਅਧੂਰਾ ਰਹਿੰਦਾ। ਸੋ ਸਤਿਗੁਰੂ ਦਾ ਬੜਾ ਪਿਆਰਾ ਬਚਨ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਸੇਜ ਬੋਲੈ ਇਹਾਂ ਉਹਾਂ ਸੱਚ ਹੋਵੇ। ਸੋ ਮੇਰੇ ਖਿਆਲ ਨਾਲ ਕਿ ਜਿਤਨੀਆਂ ਵੀ ਸੰਗਤਾਂ ਇੱਥੇ ਗੁਰੂ ਦੀ ਹਜ਼ੂਰੀ ਵਿੱਚ ਬੈਠੀਆਂ ਨੇ, ਸੋ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਨੇ ਕਿਸੇ ਵੀ ਵਿਦ ਦੀ ਅਰਦਾਸ ਬੇਨਤੀ ਗੁਰੂ ਸਾਹਿਬ ਦੇ ਚਰਨ ਕਮਲਾਂ ਵਿੱਚ ਜ਼ਰੂਰ ਕੀਤੀ ਹੋਵੇਗੀ। ਆਪਣੀ ਭਾਵਨਾ ਦੇ ਨਾਲ ਆਪਣੀ ਲੋੜ ਦੀ ਅਰਦਾਸ ਸਾਰਿਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਕੀਤੀ ਹੋਵੇਗੀ। ਅਤੇ ਸਤਿਗੁਰੂ ਇੰਨੇ ਦਿਆਲ ਨੇ ਅਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਦੀ ਅਰਦਾਸ ਸਤਿਗੁਰੂ ਜੀ ਦੇ ਨਾਂ ਸੁਣੀ। ਵੈਸੇ ਲੋੜਾਂ ਤਾਂ ਵੱਧਦੀਆਂ ਰਹਿੰਦੀਆਂ ਨੇ, ਇੱਛਾਵਾਂ ਵੱਧਦੀਆਂ ਰਹਿੰਦੀਆਂ ਨੇ, ਪਰ ਸਤਿਗੁਰੂ ਜੀ ਹਰ ਇੱਕ ਦੀ ਅਰਦਾਸ ਬੇਨਤੀ ਸੁਣਦੇ ਨੇ, ਹਰ ਇੱਕ ਦੀਆਂ ਲੋੜਾਂ ਪੂਰੀਆਂ ਕਰਦੇ ਨੇ। ਸੋ ਆਓ ਸਤਿਗੁਰੂ ਜੀ ਦਾ ਪਿਆਰਾ ਬਚਨ, ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਬੋਲੈ। ਬੜੇ ਪਿਆਰ ਸਤਿਕਾਰ ਦੇ ਨਾਲ ਸਾਰੀਆਂ ਸੰਗਤਾਂ ਰੱਖੇ ਗਾਇਨ ਕਰੀਏ ਜੀ, ਕਿਉਂਕਿ ਇਸ ਵਾਰ ਦੀ ਜੋ ਲਾਸਟ ਹਾਜ਼ਰੀ ਅੱਜ ਦੇ ਦੀਵਾਰ ਦੀ ਆਪ ਜੀ ਦੇ ਸਨਮੁੱਖ ਹੋ ਰਹੇ ਹਾਂ। ਸੋ ਗੁਰੂ ਕਿਰਪਾ ਕਰੇ ਕਦੇ ਸਮਾਂ ਬਣਿਆ, ਸੋ ਆਪ ਜੀ ਦੀ ਸੇਵਾ ਜ਼ਰੂਰ ਕਰਾਂਗੇ। ਸੋ ਆਓ ਰਲ ਮਿਲ ਕਰਕੇ ਸਤਿਗੁਰ ਦਾ ਪਿਆਰਾ ਬਚਨ ਗਾਇਨ ਕਰੀਏ, ਕਿਉਂਕਿ ਜਦੋਂ ਅਸੀਂ ਕੀਰਤਨ ਦੀ ਸਿੱਖਿਆ ਪ੍ਰਾਪਤ ਕੀਤੀ ਸੀ, ਸੋ ਸਭ ਤੋਂ ਪਹਿਲੀ ਕੰਪੋਜੀਸ਼ਨ ਇਸ ਸ਼ਬਦ ਦੀ ਬਣਾਈ ਸੀ। ਬੜਾ ਮਨ ਖੁਸ਼ ਹੋਇਆ ਸੀ ਉਦੋਂ, ਅਤੇ ਮੇਰਾ ਮਨ ਕੀਤਾ ਵੀ ਉਹ ਕੰਪੋਜੀਸ਼ਨ ਆਪ ਜੀ ਨਾਲ ਸਾਂਝੀ ਜ਼ਰੂਰ ਕਰਾਂ। ਅਤੇ ਕਿਉਂਕਿ ਜਦੋਂ ਅਸੀਂ ਆਪਣੇ ਗੁਰੂ ਤੋਂ ਸਿੱਖਦੇ ਹਾਂ, ਸੋ ਜੋ ਗੁਰੂ ਸਿਖਾਉਂਦਾ, ਜੋ ਉਸਤਾਦ ਸਿਖਾਉਂਦਾ ਹੈ, ਕੇਵਲ ਉਹੀ ਗਾਈਦਾ। ਪਰ ਜਦੋਂ ਸਾਨੂੰ ਗੁਰੂ ਦੀ ਮੱਤ ਦੇ ਨਾਲ ਸੁਰ ਦੀ ਸੋਝੀ ਹੁੰਦੀ ਹੈ, ਜਦੋਂ ਅਸੀਂ ਆਪਣੇ ਤਰੀਕੇ ਨਾਲ ਉਸ ਸ਼ਬਦ ਨੂੰ ਗਾਇਨ ਕਰਦੇ ਹਾਂ, ਤਾਂ ਬੜੇ ਮਨ ਦੇ ਵਿੱਚ ਚਾਅ ਹੁੰਦਾ ਜਦੋਂ ਪਹਿਲੀ ਵਾਰ ਆਪਾਂ ਉਸ ਚੀਜ਼ ਨੂੰ ਆਪਣੇ ਤੌਰ 'ਤੇ ਗਾਉਂਦੇ ਹਾਂ।
ਸਵਾਓ ਰਲ ਮਿਲ ਕਰਕੇ ਇਹ ਸ਼ਬਦ ਗਾਈਏ, ਕਿਉਂਕਿ ਪਹਿਲੀ ਵਾਰ ਇਸ ਕੰਪੋਜੀਸ਼ਨ ਨੂੰ ਤਿਆਰ ਕੀਤਾ ਸੀ। ਸਾਰੀ ਸੰਗਤ ਰਲ ਕੇ ਗਾਇਨ ਕਰੋ ਜੀ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਜੋ ਮੰਗੈ ਠਾਕੁਰ ਆਪਣੇ ਤੇ ਸੋਈ।
Thank you.
ਮੇਰਾ ਮੁਝ ਮੈਂ ਕਿਛ ਨਹੀਂ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੁਨੇਰਾ ਤੇਰਾ ਤੁਝ ਕੋ ਸਾਫ ਤੇ ਤੇਰਾ ਤੇਰਾ ਤੇਰਾ
ਸਵਾ ਗੁਰੂ ਕਰੇ ਸਾਧ ਸੰਗਤ ਜੀਓ, ਸਮੇਂ ਦੀ ਸਮਾਪਤੀ ਹੈ ਜੀ। ਕਿਰਪਾ ਕਰਦਿਆਂ ਪਾਸੋਂ ਬੇਅੰਤ ਟੁੱਟੀਆਂ ਭੁੱਲਾਂ ਚੋਂ ਕੰਗਲਤੀਆਂ ਰਹਿ ਜਾਂਦੀਆਂ, ਸਤਿਗੁਰੂ ਜੀ ਬਖਸ਼ਣਹਾਰੇ ਨੇ। ਇੱਕ ਵਾਰ ਫਿਰ ਤੋਂ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸੁਭਾਵ ਅਨੰਦ ਸੰਗਤ ਯਾਦ ਕਰੀਏ, ਉਪਰੰਤ ਅਰਦਾਸ ਬੇਨਤੀ ਜੋਗ ਲਈ ਸਤਿਗੁਰੂ ਦੇ ਪ੍ਰਧਾਨ ਨੂੰ ਚੰਨ ਕਮਲਾ ਪਾਸ ਕਰਾਂਗੇ। ਸੁਭਾਵ ਸਾਰੀ ਸੰਗਤ ਰਲ ਕੇ ਅਨੰਦ ਸਾਹਿਬ ਜੀ ਦੀਆਂ ਸ਼ੇਖਪੁਰੀਆਂ ਯਾਦ ਕਰੀਏ। ਰਾਮ ਕਲੀ ਮਹਲਾ ਤੀਜਾ, ਅਨੰਦ ਸਤਿਗੁਰ ਪ੍ਰਸਾਦ, ਅਨੰਦ ਭਇਆ ਮੇਰੇ ਮਾਏ, ਸਤਿਗੁਰ ਸਮਗਰੀ ਤੁਮਰੇ ਤੁਮ ਤੇ ਹੋ